ਨਸ਼ੇ 'ਚ ਧੁੱਤ ਟਰੈਕਟਰ ਦੇ ਚਾਲਕ ਦੇ ਵੱਲੋਂ ਕਈ ਵਾਹਨਾਂ ਨੂੰ ਜ਼ੋਰਦਾਰ ਟੱਕਰ ਮਾਰੀ ਗਈ। ਕਰੀਬ ਅੱਧਾ ਦਰਜਨ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਔਰ 5 ਤੋਂ 6 ਲੋਕ ਜ਼ਖਮੀ ਹੋਏ ਨੇ। ਟਰੈਕਟਰ ਸਵਾਰ ਇਸ ਘਟਨਾ ਤੋਂ ਬਾਅਦ ਫਰਾਰ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ। ਦੱਸਦੇ ਕਿ ਤੇਜ਼ ਰਫ਼ਤਾਰ ਟਰੈਕਟਰ ਦੇ ਵੱਲੋਂ ਇਹ ਕਹਿਰ ਭਰਪਾਇਆ ਗਿਆ। ਅੱਧਾ ਦਰਜਨ ਵਾਹਨ ਨੇ ਜੋ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ, ਜਿਨ੍ਹਾਂ ਦੇ ਵਿੱਚ 2 ਸਕੂਟੀਆਂ, 2 ਗੱਡੀਆਂ ਤੋਂ ਇਲਾਵਾ 1 ਬਾਈਕ ਜੋ ਕਿ ਟਰੈਕਟਰ ਦੇ ਥੱਲੇ ਹੀ ਫਸ ਗਈ। ਹਰਿਆਣਾ ਦੇ ਗੁਹਾਣਾ ਬਰੌਂਦਾ ਰੋਡ 'ਤੇ ਇਹ ਭਿਆਨਕ ਹਾਦਸਾ ਹੋਇਆ। ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। 5 ਤੋਂ 6 ਲੋਕ ਨੇ ਜਿਨ੍ਹਾਂ ਦੀ ਜਾਨ ਬਾਲ ਬਾਲ ਬਚੀ ਹੈ। ਤਾਂ ਦੱਸ ਦਈਏ ਕਿ ਤੇਜ਼ ਰਫ਼ਤਾਰ ਟਰੈਕਟਰ ਦੇ ਵੱਲੋਂ ਇਹ ਕਹਿਰ ਮਚਾਇਆ ਗਿਆ। ਬੇਕਾਬੂ ਹੋ ਕੇ ਅੱਧਾ ਦਰਜਨ ਵਾਹਨਾਂ ਨੂੰ ਜ਼ੋਰਦਾਰ ਟੱਕਰ ਮਾਰੀ ਗਈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਹੋਇਆ। ਲੋਕਾਂ ਦੇ ਮੁਤਾਬਿਕ ਟਰੈਕਟਰ ਦੇ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਉਸਨੂੰ ਬਿਲਕੁਲ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਕਰ ਕੀ ਰਿਹਾ। ਮੌਕੇ ਤੋਂ ਫਰਾਰ ਹੋਇਆ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਨਸ਼ੇ 'ਚ ਧੁੱਤ ਟਰੈਕਟਰ ਦੇ ਚਾਲਕ ਦੇ ਵੱਲੋਂ ਕਈ ਵਾਹਨਾਂ ਨੂੰ ਜ਼ੋਰਦਾਰ ਟੱਕਰ ਮਾਰੀ ਗਈ। ਕਰੀਬ ਅੱਧਾ ਦਰਜਨ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਔਰ 5 ਤੋਂ 6 ਲੋਕ ਜ਼ਖਮੀ ਹੋਏ ਨੇ। ਟਰੈਕਟਰ ਸਵਾਰ ਇਸ ਘਟਨਾ ਤੋਂ ਬਾਅਦ ਫਰਾਰ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ। ਦੱਸਦੇ ਕਿ ਤੇਜ਼ ਰਫ਼ਤਾਰ ਟਰੈਕਟਰ ਦੇ ਵੱਲੋਂ ਇਹ ਕਹਿਰ ਭਰਪਾਇਆ ਗਿਆ। ਅੱਧਾ ਦਰਜਨ ਵਾਹਨ ਨੇ ਜੋ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ, ਜਿਨ੍ਹਾਂ ਦੇ ਵਿੱਚ 2 ਸਕੂਟੀਆਂ, 2 ਗੱਡੀਆਂ ਤੋਂ ਇਲਾਵਾ 1 ਬਾਈਕ ਜੋ ਕਿ ਟਰੈਕਟਰ ਦੇ ਥੱਲੇ ਹੀ ਫਸ ਗਈ। ਹਰਿਆਣਾ ਦੇ ਗੁਹਾਣਾ ਬਰੌਂਦਾ ਰੋਡ 'ਤੇ ਇਹ ਭਿਆਨਕ ਹਾਦਸਾ ਹੋਇਆ। ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। 5 ਤੋਂ 6 ਲੋਕ ਨੇ ਜਿਨ੍ਹਾਂ ਦੀ ਜਾਨ ਬਾਲ ਬਾਲ ਬਚੀ ਹੈ। ਤਾਂ ਦੱਸ ਦਈਏ ਕਿ ਤੇਜ਼ ਰਫ਼ਤਾਰ ਟਰੈਕਟਰ ਦੇ ਵੱਲੋਂ ਇਹ ਕਹਿਰ ਮਚਾਇਆ ਗਿਆ। ਬੇਕਾਬੂ ਹੋ ਕੇ ਅੱਧਾ ਦਰਜਨ ਵਾਹਨਾਂ ਨੂੰ ਜ਼ੋਰਦਾਰ ਟੱਕਰ ਮਾਰੀ ਗਈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਹੋਇਆ। ਲੋਕਾਂ ਦੇ ਮੁਤਾਬਿਕ ਟਰੈਕਟਰ ਦੇ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਉਸਨੂੰ ਬਿਲਕੁਲ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਕਰ ਕੀ ਰਿਹਾ। ਮੌਕੇ ਤੋਂ ਫਰਾਰ ਹੋਇਆ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਨਸ਼ੇ 'ਚ ਧੁੱਤ ਟਰੈਕਟਰ ਦੇ ਚਾਲਕ ਦੇ ਵੱਲੋਂ ਕਈ ਵਾਹਨਾਂ ਨੂੰ ਜ਼ੋਰਦਾਰ ਟੱਕਰ ਮਾਰੀ ਗਈ। ਕਰੀਬ ਅੱਧਾ ਦਰਜਨ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਔਰ 5 ਤੋਂ 6 ਲੋਕ ਜ਼ਖਮੀ ਹੋਏ ਨੇ। ਟਰੈਕਟਰ ਸਵਾਰ ਇਸ ਘਟਨਾ ਤੋਂ ਬਾਅਦ ਫਰਾਰ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ। ਦੱਸਦੇ ਕਿ ਤੇਜ਼ ਰਫ਼ਤਾਰ ਟਰੈਕਟਰ ਦੇ ਵੱਲੋਂ ਇਹ ਕਹਿਰ ਭਰਪਾਇਆ ਗਿਆ। ਅੱਧਾ ਦਰਜਨ ਵਾਹਨ ਨੇ ਜੋ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ, ਜਿਨ੍ਹਾਂ ਦੇ ਵਿੱਚ 2 ਸਕੂਟੀਆਂ, 2 ਗੱਡੀਆਂ ਤੋਂ ਇਲਾਵਾ 1 ਬਾਈਕ ਜੋ ਕਿ ਟਰੈਕਟਰ ਦੇ ਥੱਲੇ ਹੀ ਫਸ ਗਈ। ਹਰਿਆਣਾ ਦੇ ਗੁਹਾਣਾ ਬਰੌਂਦਾ ਰੋਡ 'ਤੇ ਇਹ ਭਿਆਨਕ ਹਾਦਸਾ ਹੋਇਆ। ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। 5 ਤੋਂ 6 ਲੋਕ ਨੇ ਜਿਨ੍ਹਾਂ ਦੀ ਜਾਨ ਬਾਲ ਬਾਲ ਬਚੀ ਹੈ। ਤਾਂ ਦੱਸ ਦਈਏ ਕਿ ਤੇਜ਼ ਰਫ਼ਤਾਰ ਟਰੈਕਟਰ ਦੇ ਵੱਲੋਂ ਇਹ ਕਹਿਰ ਮਚਾਇਆ ਗਿਆ। ਬੇਕਾਬੂ ਹੋ ਕੇ ਅੱਧਾ ਦਰਜਨ ਵਾਹਨਾਂ ਨੂੰ ਜ਼ੋਰਦਾਰ ਟੱਕਰ ਮਾਰੀ ਗਈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਹੋਇਆ। ਲੋਕਾਂ ਦੇ ਮੁਤਾਬਿਕ ਟਰੈਕਟਰ ਦੇ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਉਸਨੂੰ ਬਿਲਕੁਲ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਕਰ ਕੀ ਰਿਹਾ। ਮੌਕੇ ਤੋਂ ਫਰਾਰ ਹੋਇਆ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।